ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪਟਵਾਰੀ ਦੇ ਪੇਪਰ ਦੀ ਤਿਆਰੀ ਫ੍ਰੀ ਵਿੱਚ ਅਤੇ ਟੋਪਿਕ ਵਾਈਜ਼ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਇਸ ਚੈਨਲ ਦੇ ਉੱਤੇ ਅਸੀਂ ਪੰਜਾਬ ਪਟਵਾਰੀ ਦੇ ਪੇਪਰ ਦੀ ਤਿਆਰੀ ਟੋਪਿਕ ਵਾਈਜ਼ ਅਤੇ ਸਿਲੇਬਸ ਦੇ ਅਕੋਰਡਿੰਗ ਕਰਵਾ ਰਹੇ ਹਾਂ ਜੋ ਪੰਜਾਬ ਪਟਵਾਰੀ ਦਾ ਸਿਲੇਬਸ ਹੈ ਇਸ ਵੀਡੀਓ ਵਿੱਚ ਮੈਂ ਸਿਨੇਮਾ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਕੁਐਸਚਨ ਲੈ ਕੇ ਆਏ ਹਾਂ ਠੀਕ ਹੈ ਸਿਨੇਮਾ ਨਾਲ ਰਿਲੇਟਡ ਆ ਪੰਜਾਬ ਦੇ ਪੇਪਰਾਂ ਵਿੱਚ 2 ਜਾਂ 3 ਕੁਐਸਚਨ ਜ਼ਰੂਰ ਆਉਣੇ ਆ ਕੋਈ ਵੀ ਪੇਪਰ ਹੋਵੇ ਚਾਹੇ ਪੰਜਾਬ ਦਾ ਸੋ ਪਟਵਾਰੀ ਦੇ ਪੇਪਰ ਵਿੱਚ ਵੀ ਤੋ ਮੋਸਟ ਇੰਪੋਰਟੈਂਟ ਕੁਐਸਚਨ ਜੋ ਬਣਦੇ ਆ ਉਹ ਮੈਂ ਲੈ ਕੇ ਆਏ ਹੋ ਸਕਦਾ ਇਹਨਾਂ ਵਿੱਚ ਤੁਹਾਨੂੰ ਕੋਈ ਨਾ ਕੋਈ ਕੁਐਸਚਨ ਪੇਪਰ ਵਿੱਚ ਦੇਖਣ ਨੂੰ ਮਿਲੇ ਸਾਰੇ ਕੁਐਸਚਨਾਂ ਨੂੰ ਧਿਆਨ ਨਾਲ ਦੇਖਿਓ ਬਾਕੀ ਨੈਕਸਟ ਪਾਰਟ ਵੀ ਮੈਂ ਲੈ ਕੇ ਆਉਂਗਾ ਇਸ ਦਾ ਚਲੋ ਸ਼ੁਰੂ ਕਰਦੇ ਆਂ ਵੀਡੀਓ ਨੂੰ ਫਰਸਟ ਕੁਐਸਚਨ ਹੈ ਨਿਮਲ ਲਿਖਤ ਵਿੱਚੋਂ ਕੌਣ ਭਾਰਤੀ ਸਿਨੇਮਾ ਵਿੱਚ ਪਹਿਲੀ ਭਾਰਤੀ ਮਹਿਲਾ ਨਿਰਮਾਤਾ ਅਤੇ ਨਿਰਦੇਸ਼ਕ ਸੀ ਇਸ ਦਾ ਰਾਈਟ ਆਨਸਰ ਹੈ ਫਾਤਿਮਾ ਬੇਗਮ অপਸ਼ਨ A ਯਾਦ ਰੱਖਿਓ ਕਾਫੀ ਇੰਪੋਰਟੈਂਟ ਕੁਐਸਚਨ ਹੈ ਸਾਰੇ ਕੁਐਸਚਨ ਇੰਪੋਰਟੈਂਟ ਹੈ ਧਿਆਨ ਨਾਲ ਦੇਖਿਓ ਭਾਰਤ ਵਿੱਚ ਕਿਸ ਨੂੰ ਪਹਿਲਾ ਅਸਕਰ ਪੁਰਸਕਾਰ ਮਿਲਿਆ ਕਿਸ ਨੂੰ ਮਿਲਿਆ ਸੀ ਸਭ ਤੋਂ بڑا ਜਿਹੜਾ ਪ੍ਰਾਈਜ਼ ਹੈ ਸਿਨੇਮਾ ਦੇ ਵਿੱਚ ਉਹ ਹੈ ਅਸਕਰ ਜਿਵੇਂ ਨੋਬਲ ਪ੍ਰਾਈਜ਼ ਸਭ ਤੋਂ ਵੱਡਾ ਹੈ ਉਹ ਮੈਂ ਸਿਨੇਮਾ ਦੇ ਵਿੱਚ ਅਸਕਰ ਪ੍ਰਾਈਜ਼ ਹੈ ਇਹ ਮਿਲਿਆ ਸੀ ਪਾਨੋ ਅਥਾਇਆ ਆਪਸ਼ਨ ਸੀ ਰਾਈਟ ਆਨਸਰ ਹੈ 8 ਲਿਖਿਆ ਵਿੱਚੋਂ ਕਿਸ ਨੇ ਸਿਨੇਮੈਟੋਗ੍ਰਾਫ ਦੀ ਖੋਜ ਕੀਤੀ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ A ਲੂਮੀਅਰ ਬਰਦਰਸ ਨੈਕਸਟ ਕੁਐਸਚਨ ਹੈ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਕਿਹੜੀ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਦੰਗਲ অপশন সি নিਮਲਿਖਤ ਵਿਚੋਂ ਕਿਸ ਨੇ ਭਾਰਤ ਦੇ ਪਹਿਲੇ ਫਿਲਮ تھیਟਰ ਦਾ ਨਿਰਮਾਣ ਕੀਤਾ ਇਸ ਦਾ ਰਾਈਟ ਆਨਸਰ ਹੈ অপਸ਼ਨ ਬੀ ਨੈਕਸਟ ਕੁਐਸਚਨ ਕਿਸ ਅਭਿਨੇਤਾ ਨੇ ਭਾਰਤ ਵਿੱਚ ਸਭ ਤੋਂ ਵੱਧ ਰਾਸ਼ਟਰੀ ਪੁਰਸਕਾਰ ਜਿੱਤੇ ਹਨ ਇਸ ਦਾ ਰਾਈਟ ਆਨਸਰ ਹੋ ਜਾਏਗਾ ਸ਼ਾਹਰੂਖ ਖਾਨ ਨਿਮਨਲਿਖਤ ਵਿੱਚੋਂ ਕਿਹੜੀ ਵਿਦੇਸ਼ੀ ਫਿਲਮ ਭਾਰਤ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ ਮਸੀਦੀ ਜ਼ਿੰਦਗੀ অপਸ਼ਨ ਸੀ ਰਾਈਟ ਆਨਸਰ ਹੋ ਜਾਏਗਾ ਕਿਸ ਨਿਰਦੇਸ਼ਕ ਨੇ ਭਾਰਤ ਵਿੱਚ ਸਭ ਤੋਂ ਵੱਧ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਰਾਜਕੁਮਾਰ ਹੀਰਾਨੀ ਆਪਸ਼ਨ ਸੀ ਰਾਈਟ ਆਨਸਰ ਹੋ ਜਾਏਗਾ ਫਿਲਮ ਲਗਾਨ ਦਾ ਨਿਰਦੇਸ਼ਕ ਕੌਣ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਲਗਾਨ ਫਿਲਮ ਦਾ ਨਿਰਦੇਸ਼ਕ ਕੌਣ ਹੈ ਆਸ਼ੂਤੋਸ਼ ਕਵਾਰੀ ਕਰ ਆਪਸ਼ਨ ਸੀ ਰਾਈਟ ਆਨਸਰ ਨੀਮਨ ਲਿਖਤ ਵਿੱਚੋਂ ਕਿਸ ਨੇ ਭਾਰਤ ਵਿੱਚ ਪਹਿਲੀ ਪੂਰੀ ਸਵਦੇਸ਼ੀ ਫਿਲਮ ਬਣਾਈ ਦਾ ਰਾਈਟ ਆਨਸਰ ਹੈ ਦਾਦਾ ਸਾਹਿਬ ਫਾਲਕੇ অপਸ਼ਨ ਸੀ ਰਾਈਟ ਆਨਸਰ ਨੈਕਸਟ ਹੈ 2018 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਕਿਸ ਨੇ ਜਿੱਤਿਆ ਕਿਸ ਨੇ ਜਿੱਤਿਆ ਸੀ ਸਹੀ ਜਵਾਬ ਹੋ ਜਾਏਗਾ ਵਿਨੋਦ ਖੰਨਾ অপਸ਼ਨ A ਕਿਹੜੀ ਹਿੰਦੀ ਫਿਲਮ ਨੂੰ ਪਹਿਲਾ ਰਾਸ਼ਟਰੀ ਪੁਰਸਕਾਰ ਮਿਲਿਆ অপশন 4 ਤੇ সামনে ਹੈ ਇਸ ਦਾ রাইਟ ਆਨਸਰ ਹੋ ਜਾਏਗਾ অপশন C Mirza Ghalib ਭਾਰਤ ਵਿੱਚ ਪਹਿਲੀ 3D ਫਿਲਮ ਕਿਹੜੀ ਸੀ রাইਟ ਆਨਸਰ অপশন B ਭਾਰਤ ਦੀ ਪਹਿਲੀ ਬੋਲਣ ਵਾਲੀ ਫਿਲਮ ਕਿਹੜੀ ਹੈ राइट right आंसर है आलम आरा फिल्मफेयर सर्वोत्तम फिल्म पुरस्कार जीतने वाली पहली फिल्म केड़ी है राइट आंसर दो बीघा जमीन ऑप्शन सी ਨੀਮਲਿਖਤ ਵਿੱਚੋਂ ਕਿਸ ਨੂੰ ਭਾਰਤੀ ਸਿਨੇਮੇ ਦਾ ਪਿਤਾ ਕਿਹਾ ਜਾਂਦਾ ਹੈ? ਰਾਈਟ ਆਨਸਰ A ਤੇ B ਦੋਨੇ ਦਾਦਾ ਸਾਹ ਫਾਲਕੇ ਤੇ ਰਾਜਗੋਬਿੰਦ ਫਾਲਕੇ ਮਸ਼ਹੂਰ ਫਿਲਮ ਸ਼ੋਲੇ ਦਾ ਨਿਰਦੇਸ਼ਕ ਕੌਣ ਸੀ? ਦਾ ਰਾਈਟ ਆਨਸਰ ਹੈ ਰਮੇਸ਼ ਸਿੱਕੀ ਆਪਸ਼ਨ ਸੀ ਨੀਮਨ ਲਿਖਤ ਵਿੱਚੋਂ ਕਿਹੜੀ ਭਾਰਤ ਦੀ ਪਹਿਲੀ ਸਵਦੇਸ਼ੀ ਰੰਗੀਨ ਫਿਲਮ ਬਣਾਈ ਗਈ ਸੀ ਰੰਗੀਨ ਫਿਲਮ ਹੋਊਗਾ ਤੇ ਇਸ ਦਾ ਰਾਈਟ ਆਨਸਰ ਹੈ ਕਿਸਾਨ ਕੰਨਿਆ ਆਪਸ਼ਨ ਸੀ ਬਾਲੀਵੁੱਡ ਦੀ ਕਿਸ ਸ਼ਖਸੀਅਤ ਨੇ ਪ੍ਰਵਾਸੀਆਂ ਨੂੰ ਨੌਕਰੀਆਂ ਦੇ ਮੌਕੇ ਲੱਭਣ ਵਿੱਚ ਸਹਾਇਤਾ ਲਈ ਪ੍ਰਵਾਸ ਰੋਜ਼ਗਾਰ ਨਾਮ ਦਾ ਇੱਕ ਆਨਲਾਈਨ ਪਲੇਟਫਾਰਮ ਲਾਂਚ ਕੀਤਾ ਹੈ ਰਾਈਟ ਆਨਸਰ ਹੋ ਜਾਏਗਾ ਸੋਨੂ ਸੋਦ ਆਪਸ਼ਨ ਸੀ ਨੈਕਸਟ ਕੁਐਸਚਨ ਆਸਕਰ ਅਵਾਰਡ ਲਈ ਨਾਮਜ਼ਦ ਪਹਿਲੀ ਭਾਰਤੀ ਫਿਲਮ ਕਿਹੜੀ ਹੈ ਰਾਈਟ ਆਨਸਰ ਹੋ ਜਾਏਗਾ ਮਦਰ ਇੰਡੀਆ ਪਦਮ ਸਿਰੀ ਅਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਅਭਨੇਤਰੀ ਕੌਣ ਸੀ ਇਸ ਦਾ ਸਹੀ ਜਵਾਬ ਹੋ ਜਾਏਗਾ ਨਰਗਿਸ ਦੱਤ অপਸ਼ਨ ਸੀ ਆਸਕਰ ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਕਿਹੜੀ ਹੈ ਸਹੀ ਜਵਾਬ ਹੋ ਜੀਗਾ ਗਾਂਧੀ ਧਿਆਨ ਰੱਖਿਓ ਕਨਫਿਊਜ਼ ਨਹੀਂ ਹੋਣਾ ਆਸਕਰ ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਗਾਂਧੀ ਹੈ ਠੀਕ ਹੈ ਤੇ ਆਸਕਰ ਅਵਾਰਡ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਫਿਲਮ ਹੈ ਮਦਰ ਇੰਡੀਆ ਠੀਕ ਹੈ ਇਹਨਾਂ 'ਚ ਤੁਸੀਂ ਕਨਫਿਊਜ਼ ਨਹੀਂ ਹੋਣਾ ਠੀਕ ਹੈ ਜੋ ਸਭ ਤੋਂ ਪਹਿਲਾਂ ਨਾਮਜ਼ਦ ਕੀਤੀ ਗਈ ਸੀ ਮਤਲਬ ਕਿ ਭੇਜੀ ਗਈ ਸੀ ਲਿਸਟ ਦੇ ਵਿੱਚ ਉਹ ਸੀ ਮਦਰ ਇੰਡੀਆ ਤੇ ਜਿਸ ਭਾਰਤ ਪਹਿਲੀ ਭਾਰਤੀ ਫਿਲਮ ਨੇ ਅਸਕਰ ਅਵਾਰਡ ਜਿੱਤਿਆ ਸੀ ਉਹ ਸੀ ਗਾਂਧੀ ਠੀਕ ਹੈ ਸੋ ਨੈਕਸਟ ਵੀ ਮੈਂ ਹੋਰ ਵੀ ਕੁਐਸਚਨ ਲੈ ਕੇ ਆਉਂਗਾ ਸਿਨੇਮਾ ਨਾਲ ਰਿਲੇਟਡ ਜੋ ਵੀ ਮੋਸਟ ਇੰਪੋਰਟੈਂਟ ਬਣਦੇ ਆ ਠੀਕ ਹੈ ਤੇ ਮੈਂ ਪਲੇਲਿਸਟ ਬਣਾਈ ਹੋਈ ਹੈ ਪਲੇਲਿਸਟ ਵਿੱਚ ਜਾ ਕੇ ਤੁਸੀਂ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਸਬਜੈਕਟ ਵਾਈਜ਼ ਪਲੇਲਿਸਟ ਬਣੀ ਹੋਈ ਹੈ ਜਿਸ ਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਮੈਂ ਪਾਏ ਹੋਏ ਆ ਠੀਕ ਹੈ ਇਹਨਾਂ ਕੁਐਸਚਨਾਂ ਵਿੱਚੋਂ ਤੁਹਾਨੂੰ ਪੇਪਰ ਵਿੱਚ ਦੇਖਣ ਨੂੰ ਮਿਲਣਗੇ ਕੁਐਸਚਨਸ ਠੀਕ ਹੈ ਸਾਰੇ ਸਿਲੇਕਟਡ ਕੁਐਸਚਨਾਂ ਪਲੇਲਿਸਟ ਕਿਵੇਂ ਦੇਖਣੀ ਮੈਂ ਤੁਹਾਨੂੰ ਇੱਕ ਵਾਰੀ ਦੱਸ ਵੀ ਦਿੰਨਾ ਏ ਜੇ ਨਹੀਂ ਪਤਾ ਤੁਹਾਨੂੰ ਲਗੀ ਸਭ ਤੋਂ ਪਹਿਲਾਂ ਤੁਸੀਂ ਚੈਨਲ ਦੇ ਲੋਗੋ ਦੇ ਉੱਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਉੱਪਰ অপਸ਼ਨ ਆ ਜਾਣਗੇ ਹੋਮ ਵੀਡੀਓਜ਼ ਪਲੇਲਿਸਟ ਪਲੇਲਿਸਟ ਵਿੱਚ ਜਾ ਕੇ ਤੁਸੀਂ ਪਲੇਲਿਸਟ ਦੇਖ ਸਕਦੇ ਹੋ ਕਰੰਟ ਫੇਜ਼ ਦੀ ਪਲੇਲਿਸਟ ਹੈ ਪਟਵਾਰੀ ਮੌਕ ਟੈਸਟੋਂ ਤੱਕ 11 ਪੈ ਚੁੱਕੇ ਆ ਸਬਜੈਕਟ ਵਾਈਜ਼ ਵੀ ਪਾਏ ਹੋਏ ਆ ਤੇ ਮਿਕਸ ਵੀ ਪਾਏ ਹੋਏ ਆ ਪੰਜਾਬੀ ਦੀਆਂ ਵੀਡੀਓਜ਼ ਪੈ ਚੁੱਕੇ ਆ ਕੰਪਿਊਟਰ ਦੀਆਂ ਵੀਡੀਓਜ਼ ਪੈ ਚੁੱਕੇ ਆ GK ਦੀਆਂ ਵੀਡੀਓਜ਼ ਐਗਰੀਕਲਚਰ ਦੀਆਂ ਵੀਡੀਓਜ਼ ਤੇ ਕਾਮਨ ਪਲੇਲਿਸਟ ਵੀ ਬਣੀ ਹੋਈ ਹੈ ਪੰਜਾਬ ਪਟਵਾਰੀ ਦੀ ਐਸਾ ਇੱਥੇ ਜਾ ਕੇ ਤੁਸੀਂ ਸਾਰੇ ਪਲੇਲਿਸਟ ਦੇਖ ਸਕਦੇ ਹੋ ਤੇ ਆਪਣੀ ਤਿਆਰੀ ਵਧੀਆ ਕਰ ਸਕਦੇ ਹੋ ਕਿਉਂਕਿ ਸਾਰੇ ਸਿਲੇਕਟਡ ਕੁਐਸਚਨ ਹਨ ਟੋਪਿਕ ਵਾਈਜ਼ ਕੁਐਸਚਨ ਬਣੇ ਹੋਏ ਹਨ ਠੀਕ ਹੈ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਦੇ ਹੋ ਧੰਨਵਾਦ